ਤਿੰਨ ਲੇਡੀਜ਼ ਸੀਗੀਆਂ ਉਹਨਾਂ ਦੇ ਨਾਲ, ਮੈਂ ਜੇਲ੍ਹ ਸੀ ਬੰਦ। ਡੇਲੀ ਪੋਸਟ ਟੈਲੀਵਿਜ਼ਨ ਨੇ ਇੰਟਰਵਿਊ ਕੀਤੀ, ਖੜਿਆਂ ਦੀ ਕੀਤੀ ਸੀ ਉਹਨਾਂ। ਚਲੋ ਬਾਕੀ ਗੱਲਾਂ ਤਾਂ ਜਿਹੜੀਆਂ ਕਹੀਆਂ ਉਹਨਾਂ ਨੇ, ਬੀਬੀ ਜਗੀਰ ਕੌਰ ਜੀ ਨੂੰ ਪੁੱਛਿਆ ਕਿ ਆਹ ਜਿਹੜਾ ਖਹਿਰੇ 'ਤੇ ਪਰਚਾ ਦਰਜ ਹੋਇਆ ਇਹਦਾ ਕਿੱਦਾਂ ਜੀ, ਉਹਨੇ ਕਿਹਾ ਇਹ ਪਰਚਾ ਖਹਿਰੇ 'ਤੇ ਗਲਤ ਦਰਜ ਹੋਇਆ ਵਾ। ਕਹਿ ਸਕਦਾ ਕੋਈ ਦੱਸਿਓ ਜ਼ਰਾ? ਮੈਂ ਤਾਂ ਥੋੜ੍ਹਾ ਬਹੁਤਾ ਉਹਦੇ ਨਾਲ ਧੱਕਾ ਵੀ ਕੀਤਾ ਸੀ ਜ਼ਿੰਦਗੀ 'ਚ। ਮੈਂ ਤੁਹਾਡੇ ਜ਼ਰੀਏ ਇੱਥੋਂ, ਮੈਂ ਕਦੀ ਯਾਰ ਮਾਫ਼ੀ ਮੰਗਣ 'ਚ ਸੰਗ ਹੀ ਨਹੀਂ ਰੱਖੀ। ਆਹ ਟੀ ਵੀ ਦੇ ਸਾਹਮਣੇ ਕਹਿਣਾ ਬੀਬੀ ਜਗੀਰ ਕੌਰ ਜੀ, ਮੈਂ ਤੇਰਾ ਵੀ ਭਲਾ ਚਾਹੁੰਦਾ ਵਾਂ, ਤੈਨੂੰ ਵੀ ਦੇਖਣਾ ਚਾਹੁੰਦਾ ਕਿ ਤਰੱਕੀ ਕਰ। SGPC ਤੋਂ ਤੈਨੂੰ ਜੇ ਹਟਾਉਂਦੇ ਨੇ, ਜਿਹੜੀ ਤੁਸੀਂ ਗੱਲ ਕਹੀ ਆ SGPC ਜਿਹੜੀ ਆ ਲਿਫਾਫੇ 'ਚੋਂ ਨਹੀਂ ਨਿਕਲਣੀ ਚਾਹੀਦੀ। ਬੀਬੀ ਜਗੀਰ ਕੌਰ ਜੀ, ਤੇਰਾ ਸਪੋਰਟਰ ਮੈਂ ਬੈਠਾ ਵਾਂ ਇੱਥੇ, ਮੈਂ ਬੈਠਾ ਵਾਂ। ਸੁਨੀਲ ਜਾਖੜ, BJP ਸਾਡੀ ਵਿਚਾਰਧਾਰਾ ਕਲੈਸ਼, BJP ਮੈਨੂੰ ਫੜ ਕੇ ਅੰਦਰ ਦੇ ਰਹੀ ਆ। ਉਹ BJP ਦਾ ਪ੍ਰਧਾਨ ਆ ਸੁਨੀਲ ਜਾਖੜ, ਉਹ ਕਹਿੰਦਾ ਖੈਰੇ ਨਾਲ ਬੜਾ ਧੱਕਾ ਹੋਇਆ ਯਾਰ। ਉਹ ਕਰ ਸਕਦਾ ਕੋਈ? ਤਾੜੀ ਜਾਖੜ ਲਈ ਮਾਰੋ ਯਾਰ। ਵਿਕਰਮ ਮਜੀਠੀਆ, ਮੇਰੇ ਨਾਲ ਕੋਈ ਸਰੋਕਾਰ ਨਹੀਂ, ਵਿਰੋਧੀ ਪਾਰਟੀ ਅਕਾਲੀ ਦਲ 'ਚ ਬੈਠਾ, ਉਹਨੇ ਬਾਹਰ ਆਣ ਕੇ ਮੀਡੀਆ ਦੇ ਵਿੱਚ ਕਹਿੰਦਾ ਆਹ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਸ ਕਰਕੇ ਕਿਉਂਕਿ ਖੈਰਾ ਬੋਲਦਾ ਵਾ। ਅਤੇ ਵਿਕਰਮ ਮਜੀਠੀਆ ਨੇ ਕਿਹਾ ਖੈਰੇ ਨਾਲ ਜ਼ੁਲਮ ਹੋਇਆ ਮੇਰੇ ਵੀਰੋ। ਮੈਂ ਉਹਦਾ ਵੀ ਸ਼ੁਕਰੀਆ ਅਦਾ ਕਰਦਾ, ਔਰ ਮੈਂ 100% ਨੋ ਅਥਾਰਿਟੀ ਨਾਲ ਕਹਿੰਦਾ ਕਿ ਜਿੱਦਾਂ ਧੱਕਾ ਮੇਰੇ ਨਾਲ ਕੀਤਾ, ਝੂਠਾ ਮੁਕੱਦਮਾ ਨਸ਼ੇ ਦਾ ਡਰੱਗਸ ਦਾ ਕੀਤਾ, ਮੈਂ ਸਮਝਦਾ ਕਿ ਵਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ। ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂ ਗਾ, ਅਸੀਂ ਧੰਦਾ ਨਹੀਂ ਕਰਦੇ। ਠੀਕ ਆ, ਸਾਡੇ ਨਾਲ ਇਲੈਕਸ਼ਨਾਂ 'ਚ ਲੋਕ ਫਿਰਦੇ ਤੁਰਦੇ ਨੇ, ਜਿਹੜੇ ਕਿਤੇ ਵਿਚਾਰੇ ਫਸ ਜਾਂਦੇ, ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ, ਜਾਂ ਟੈਲੀਫੋਨ ਕਾਲ ਆ ਗਏ ਅਤੇ ਉਹਦੇ ਤੁਹਾਨੂੰ ਗੁਨਾਹਗਾਰ ਬਣਾ ਦਿੰਦੇ। ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ, ਪਰ ਆਈ ਐਮ ਕੁਆਇਟ ਸ਼ੋਰ ਉਹਦੇ ਨਾਲ। ਅਤੇ ਹੁਣ ਉਹ ਬੋਲਦਾ ਦੁਬਾਰਾ ਨਾ, ਹੁਣ ਭਗਵੰਤ ਦੀ ਪੂਰੀ ਟਿੱਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਵਿਕਰਮ ਨੂੰ ਫਿਰ ਫੜ ਕੇ ਅੰਦਰ ਦੇਣਾ, ਅਤੇ ਜੇ ਦੇਣਗੇ ਮੈਂ ਖਹਿਰਾ ਉਹਦੇ ਨਾਲ ਜਾ ਕੇ ਉਹਦਾ ਖੜੂੰਗਾ ਅਤੇ ਡਟ ਕੇ ਉਹਦੀ ਸਪੋਰਟ ਕਰੂੰ, ਮੈਂ ਕਰੂੰਗਾ ਤੁਹਾਡੇ ਸਿਰ 'ਤੇ। ਸਿਮਰਨਜੀਤ ਸਿੰਘ ਮਾਨ MP, ਇੱਕ ਬਜ਼ੁਰਗ, ਅੱਛੇ, ਬਹੁਤ ਠੋਸ ਬੰਦਾ, ਭਾਵਾਂ ਇਕੱਲਾ ਹੀ ਰਹਿ ਜਾਓ, ਉਹਨੂੰ ਜਦੋਂ ਪੁੱਛਿਆ ਗਿਆ ਇਹ ਗੱਲ ਕੀਤੀ, ਕਹਿੰਦਾ ਖੈਰੇ ਨਾਲ ਧੱਕਾ ਹੋਇਆ। ਹੋਰ ਅਨੇਕਾਂ ਕਈਆਂ ਦੇ ਨਾਮ ਭੁੱਲ ਜੂੰਗਾ ਮੈਂ, ਮੇਰੀ ਪਾਰਟੀ ਜਿਹਨੂੰ ਕਹਿੰਦੇ ਨਾ ਕਿ ਕਈ ਵਾਰੀ, ਚਲੋ ਲੋਕਾਂ ਨੇ ਗੁੱਸਾ ਕੀਤਾ ਯਾਰ ਕਿ ਪਾਰਟੀ ਨੂੰ ਤਾਂ ਇੱਥੇ ਇਹ ਤਾਂ ਬਿਲਕੁਲ ਸ਼ਰੇਆਮ ਚਿੱਟੇ ਦਿਨ ਧੱਕਾ ਹੋਇਆ, ਤੇ ਪਾਰਟੀ ਨੂੰ ਖੜਨਾ ਚਾਹੀਦਾ ਸੀ ਉਹਦੇ ਨਾਲ। ਮੈਨੂੰ ਇਸ ਗੱਲ ਦਾ ਵੀ ਗੁੱਸਾ ਕੋਈ ਨਹੀਂ ਗਾ, ਡਜ਼ਨਟ ਮੈਟਰ, ਮੈਂ ਤੁਹਾਨੂੰ ਅੱਗੇ ਆਣ ਕੇ ਕਹਾਣੀ ਸੁਣਾਉਣਾ ਆਪਣੀ ਜ਼ਰਾ। ਪਰ ਫਿਰ ਵੀ ਮੇਰੀ ਪਾਰਟੀ ਮੇਰੇ ਨਾਲ ਖੜੀ ਰਹੀ ਸਭ, ਸਟਾਰਟਿੰਗ ਫਰੋਮ ਪ੍ਰੈਜ਼ੀਡੈਂਟ ਰਾਜਾ ਵੜਿੰਗ, ਇੱਕ ਵਾਰ ਰਾਜਾ ਵੜਿੰਗ ਲਈ ਤਾੜੀ ਮਾਰੋ। ਉਹਨੇ ਮੈਨੂੰ ਕਿਹਾ ਜਦੋਂ ਮੈਂ ਨਿਕਲਿਆ ਨਾ, ਕਹਿੰਦਾ ਮੈਂ ਆਪਣੇ ਬੇਟੇ ਨੂੰ ਦੱਸ ਰਿਹਾ ਸੀਗਾ ਕਿ ਜੇ ਪੁੱਤ ਹੋਵੇ ਤਾਂ ਮਹਿਤਾਬ ਵਰਗਾ ਹੋਵੇ, ਇਹ ਮੈਂ ਗੱਲ ਓਪਨ ਕਹਿ ਰਿਹਾ, ਇੱਕ ਵਾਰੀ ਉਹਦਾ ਧੰਨਵਾਦ ਕਰੋ। ਪ੍ਰਤਾਪ ਸਿੰਘ ਬਾਜਵਾ, ਸਾਡੇ ਫੈਮਿਲੀ ਰਿਲੇਸ਼ਨਸ ਨੇ, ਉਹਨਾਂ ਦੇ ਪਿਤਾ ਜੀ ਨਾਲ ਸਰਦਾਰ ਸਤਨਾਮ ਸਿੰਘ ਬਾਜਵਾ ਨੂੰ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਉਹਨੂੰ ਆਪਣੇ ਪਿਤਾ ਜੀ ਦੇ ਨਾਲ ਮਿਲਦੇ ਦੇਖਿਆ, ਉਹ ਮਿਨਿਸਟਰ ਰਹੇ ਨੇ, ਉਹ ਮੈਨੂੰ ਆਏ, ਅਤੇ ਇਹ ਸਾਰੇ ਤਿੰਨ ਤਿੰਨ ਵਾਰੀ ਮਿਲਣ ਆਏ ਮੈਨੂੰ ਜੇਲ੍ਹਾਂ ਦੇ ਵਿੱਚ। ਦਵਿੰਦਰ ਯਾਦਵ ਸਾਡੇ ਜਿਹੜੇ ਜਨਰਲ ਸੈਕਟਰੀ ਬਣੇ ਉਹ ਬਣੇ, ਚਰਨਜੀਤ ਸਿੰਘ ਚੰਨੀ ਫਾਰਮਰ ਚੀਫ ਮਿਨਿਸਟਰ, ਹਾਦਾ ਨਾਰਾ ਮਾਰਿਆ ਮੇਰੇ ਹੱਕ ਵਿੱਚ। ਸਰਦਾਰ ਨਵਜੋਤ ਸਿੰਘ ਸਿੱਧੂ, ਇੱਕ ਤਾੜੀ ਮਾਰੋ, ਉਹਨੇ ਮੇਰੇ ਲਈ ਹਾ ਦਾ ਨਾਰਾ ਮਾਰਿਆ। ਸੁੱਖੀ ਰੰਧਾਵਾ, ਫਾਰਮਰ ਡਿਪਟੀ ਚੀਫ ਮਿਨਿਸਟਰ, ਉਹਨਾਂ ਨੇ ਮੇਰੇ ਮਿਲੇ ਮੈਨੂੰ, ਮੇਰੇ ਹੱਕ 'ਚ ਬਿਆਨ ਦਿੱਤਾ ਠੋਕ ਕੇ। ਪ੍ਰਗਟ ਸਿੰਘ, ਓਲੰਪੀਅਨ, ਕੈਪਟਨ ਇੰਡੀਅਨ ਹਾਕੀ ਟੀਮ, MLA ਜਲੰਧਰ, ਇੱਕ ਵਾਰ ਪ੍ਰਗਟ ਲਈ ਵੀ ਤੁਰ ਮਾਰ। ਉਸ ਤੋਂ ਬਾਅਦ ਜਿਹੜੇ ਬਾਕੀ ਕੁਲੀਗਸ MLAs, ਵਿਕਰਮ ਚੌਧਰੀ, ਅੱਜ ਬਾਬਾ ਹੈਨਰੀ ਜੀ, ਕਿੱਕੀ ਢਿੱਲੋਂ, ਕੁਸ਼ਲਦੀਪ ਸਿੰਘ ਜੀ,
ਚੱਬੇਵਾਲ ਰਾਜਕੁਮਾਰ ਜੀ, ਅੱਜ ਮੈਂ ਕਿਹਾ ਸੀ ਆਏ ਮਦਰ ਬਿਮਾਰ ਨੇ, ਸਮਝ ਗਏ, ਦਰਜਾ ਬਦਰਜਾ ਸਾਰੇ ਐਮਐਲਏਜ਼ ਨੇ। ਗੱਲ ਇਹ ਸੀਗੀ ਲੱਖਾ ਸਦਾਣਾ, ਲੱਖਾ ਸਦਾਣਾ ਇੱਕ ਵਾਰ ਉਹਦੇ ਲਈ ਤਾਂ ਜਕਾਰਾ ਛੱਡੋ, ਲੱਖੇ ਸਦਾਣੇ ਥੋੜ੍ਹਾ ਜਿਹਾ ਮੇਰੀ ਪਾਰਟੀ ਦੇ ਕਈ ਆਗੂਆਂ ਦੇ ਖਿਲਾਫ ਬੋਲ ਜਾਂਦਾ, ਮੈਂ ਉਹਨੂੰ ਪਿਆਰ ਨਾਲ ਸਮਝਾਊਂਗਾ ਕਿ ਹੁਣ ਆਪਾਂ ਬੋਲਣਾ ਹੀ ਨਹੀਂ ਕਿਸੇ ਦੇ ਖਿਲਾਫ ਯਾਰ, ਛੱਡੋ ਗੱਲ ਨੂੰ, ਆਪਾਂ ਪੰਜਾਬ ਦੀ ਲੜਾਈ ਲੜੀਏ ਅੱਗੇ। ਕਿੰਨਾ ਕੁਛ ਪੰਜਾਬ ਦੇ ਨਾਲ ਹੋ ਰਿਹਾ ਵਾ, ਗੁਰਬਾਣੀ 'ਚ ਆਉਂਦਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰਬਾਣੀ 'ਚ ਸਾਡੀ ਪਾਣੀ, ਸਾਡਾ ਪਾਣੀ ਗੰਦਲਾ ਹੋ ਗਿਆ, ਸਾਡੀ ਆਬੋ ਹਵਾ ਖਰਾਬ ਹੋ ਗਈ, ਕੈਂਸਰ ਨਾਲ ਲੋਕ ਮਰ ਰਹੇ ਨੇ, ਨਸ਼ੇ ਆ ਗਏ ਪੰਜਾਬ ਦੇ ਵਿੱਚ, ਬੇਅਦਬੀਆਂ ਹੋ ਗਈਆਂ, ਸਾਡੇ ਬੱਚੇ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ, ਸਾਡੇ ਹਸਪਤਾਲਾਂ ਦੇ ਵਿੱਚ ਗਰੀਬ ਆਦਮੀ ਇਲਾਜ ਨਹੀਂ ਕਰ ਸਕਦਾ, ਪੜ੍ਹਨ ਵਾਸਤੇ ਬੰਦੋਬਸਤ ਹੈ ਨਹੀਂ ਗਾ। ਇੱਕ ਮੁੱਦਾ ਕਿਤੇ ਯਾਰ, ਇੱਕ ਮੁੱਦਾ ਵਾ, ਮੈਂ ਜਦੋਂ ਜੇਲ੍ਹ ਵਿੱਚ ਗਿਆ, ਮੇਰੇ 'ਤੇ ਕੈਮਰਾ ਲਾਤਾ ਬੈਰਕ 'ਚ ਕਮਰੇ ਦੇ ਅੰਦਰ, ਸਵਾਦ ਲੈਣ ਵਾਸਤੇ, ਲੈ ਲਓ ਸਵਾਦ ਯਾਰ, ਲੈ ਲਓ ਸਵਾਦ, ਮੈਨੂੰ ਕੋਈ ਇਤਰਾਜ਼ ਨਹੀਂ ਗਾ। ਝੂਠੇ ਪਰਚੇ ਕਰਤੇ ਇਹ, ਜਦੋਂ ਤਿੰਨ ਪਹਿਲਾਂ ਪਰਚਿਆਂ 'ਚ ਨਹੀਂ ਫੜ ਸਕੇ ਮੈਨੂੰ, ਉਹਨਾਂ 'ਚ ਮੇਰੀ ਅਗਾਊਂ ਜ਼ਮਾਨਤ ਹੋਈ, ਮੇਰੀ ਸਿਸਟਰ ਪੁਲਿਸ ਵਾਲੇ ਕਹਿੰਦੇ ਤੁਸੀਂ ਜੀ ਮਾਨ ਦੀ ਘਰ ਵਾਲੀਆਂ ਦੇ ਖਿਲਾਫ਼ ਬੋਲੇ ਜੀ, ਐਂ ਜੀ ਉਹ ਜੀ, ਨੋਟ ਰਿਅਲਾਈਜ਼ਿੰਗ ਕਿ ਪਹਿਲਾਂ ਮੇਰੀ ਭੈਣ ਸਭ ਤੋਂ ਵੱਡੀ 72 ਸਾਲ ਦੀ ਇੱਕ ਰਿਟਾਇਰਡ ਕੈਪਟਨ ਨੇਵੀ ਦੇ, ਉਹਨਾਂ ਦੀ ਘਰ ਵਾਲੀ ਆ, ਅੱਜ ਉਹਦੇ 'ਤੇ 420 ਦਾ ਪਰਚਾ ਦਰਜ ਕੀਤਾ। ਮੈਂ ਕੀ ਕਰਦਾ ਫਿਰ ਸਮਝਾਇਓ, ਮੈਂ ਜ਼ਰਾ ਮੈਂ ਇਹਨਾਂ ਦੇ ਔਰਤਾਂ ਦੇ ਗਲ ਵਿੱਚ ਜਾ ਕੇ ਹਾਰ ਪਾਉਂਦਾ, ਆਪਣਾ ਨਹੀਂ ਦੇਖਦੇ ਕੀ ਕੀਤਾ ਤੁਸੀਂ? ਪਰ ਚਲੋ ਛੱਡੋ, ਉਹ ਵੀ ਉਸਨੂੰ ਪਾਸੇ ਕਰ ਦਿਓ। ਮੈਂ ਜਦੋਂ ਜੇਲ੍ਹ ਸੀਗਾ, ਜਦੋਂ ਇਹਨਾਂ ਨੇ ਆਪਣੇ ਵੱਲੋਂ ਤਾਂ ਕਿਹਾ ਇਹਨੂੰ ਟੋਰਚਰ ਕਰੋ, ਇਹਨੂੰ ਦਿਮਾਗੀ ਤੌਰ 'ਤੇ ਪਰੇਸ਼ਾਨ ਕਰੋ, ਇਹਨੂੰ ਡਰਾਓ, ਇਹਨੂੰ ਧਮਕਾਓ, ਉਹ ਮੈਂ ਗੱਲ ਫਿਰ ਸ਼ੋਰਟ ਕਹਿ ਦੇਣਾ ਕਿ ਫਿਰ ਭਗਵੰਤ ਤੂੰ ਤਾਂ ਪੜ੍ਹੀ ਨਹੀਂ ਹਿਸਟਰੀ ਯਾਰ, ਕੇਜਰੀਵਾਲ ਨੂੰ ਤਾਂ ਚਲੋ ਪੰਜਾਬ ਦਾ ਨਹੀਂ ਪਤਾ, ਉਹ ਐਵੇਂ ਖੜ ਕੇ ਉੱਥੇ ਕਹਿ ਦਿੰਦਾ ਬੋਲੇ ਸੋ ਨਾਲ, ਫਰਜ਼ੀ ਹੁੰਦੀ ਆ, ਪਤਾ ਨਹੀਂ ਜੇ ਬਾਹਰ ਜਾਂਦਾ ਕਿਸੇ ਦੂਜੇ ਇਲਾਕੇ ਤਾਂ ਭਾਰਤ ਮਾਤਾ ਦੀ ਜੈ। ਇੱਕ ਤਾੜੀ ਮਾਰੋ, ਸਾਡੇ ਦਰਮਿਆਨ ਆ ਚੁੱਕੇ ਨੇ ਸੁਖਵਿੰਦਰ ਸਿੰਘ ਜੀ ਕੋਟਲੀ ਐਮਐਲਏ ਆਦਮਪੁਰ, ਇੱਕ ਵਾਰ ਤਾੜੀ ਮਾਰੋ ਜ਼ੋਰ, ਬੋਲਿਆ ਪੂਰਾ ਠੋਕ ਕੇ। ਨਵਤੇਜ ਸਿੰਘ ਚੀਮਾ ਜੀ ਕਿੱਥੇ ਨੇ ਜੀ? ਆਹ ਬਹਿ ਗਏ ਨੇ, ਇਹ ਆਹ ਤਾਂ ਮੇਰਾ ਛੋਟਾ ਭਰਾ, ਇਹਦੇ ਲਈ ਡਬਲ ਤਾੜੀ ਮਾਰਿਓ ਜ਼ਰਾ ਇੱਕ ਵਾਰੀ, ਇਹਨੂੰ ਮੈਂ ਖੜਾ ਕਰਨਾ, ਤੁਹਾਨੂੰ ਦੱਸਤਾ ਵਾ, ਮੈਂ ਆਪਣੇ ਨਾਮ 'ਤੇ ਵੋਟ ਮੰਗੂੰਗਾ ਸੁਲਤਾਨਪੁਰ 'ਤੇ ਜਾ ਕੇ, ਜਾਂ ਮੈਨੂੰ ਚੁਣ ਲਓ ਅਤੇ ਜਾਂ ਵਪਾਰੀ ਚੁਣ ਲਓ, ਚਲੋ ਉਹਨਾਂ ਨਾਲ ਵੀ ਸਾਡਾ ਕੁਛ ਨਹੀਂ ਗਾ, ਉਹਨਾਂ ਦਾ ਵੀ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਜੋ ਕਰਨਾ ਸੀਗਾ ਉਹਨਾਂ ਨੇ ਵੀ ਕੀਤਾ, ਛੱਡੋ। ਮੈਂ ਜਦੋਂ ਅੰਦਰ ਜੇਲ੍ਹ ਸੀਗਾ, ਮੈਂ ਕਿਤਾਬਾਂ ਪੜ੍ਹੀਆਂ, ਮੈਂ ਆਲਮੋਸਟ 10 ਕੁ ਚੰਗੀਆਂ ਪਾਏਦਾਰ ਕਿਤਾਬਾਂ ਪੜ੍ਹੀਆਂ। ਇੱਕ ਮੁੰਡੇ ਨੇ ਬਹੁਤ ਅੱਛੀ ਕਿਤਾਬ ਲਿਖੀ ਆ, ਅਗਰ ਤੁਹਾਡੇ 'ਚ ਕੋਈ ਪੜ੍ਹ ਲਵੇ, ਪੰਜਾਬੀ 'ਚ ਵੀ ਹੈਗੀ, ਮੈਂ ਤਾਂ ਅੰਗਰੇਜ਼ੀ ਵਾਲੀ ਪੜ੍ਹੀ ਸੀ, ਅਮਨਦੀਪ ਸਿੰਘ ਸੰਧੂ, ਫੋਲਟ ਜਰਨੀਜ਼ ਥਰੂ ਦਾ ਫੋਲਟ ਲਾਈਨਸ ਆਫ ਪੰਜਾਬ, ਪੰਜਾਬ ਦੇ ਵਿੱਚ ਕੀ ਕੀ ਵਾਪਰਿਆ, ਨਿੱਕੀ ਨਿੱਕੀ ਡਿਟੇਲ, ਐਡੀ ਕਿਤਾਬ 450 ਸਫ਼ੇ ਦੀ ਮੈਂ ਪੜ੍ਹੀ। ਉਹ ਜਦੋਂ ਮੈਂ ਕਿਤਾਬ ਬੰਦ ਕੀਤੀ, ਜੋ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਅਕਾਊਂਟ ਦਿੱਤਾ, ਸਾਡਾ ਰਾਜ ਭਾਗ ਜਦੋਂ ਟੁੱਟਿਆ, ਉਹ ਪੜ੍ਹ ਹੀ ਨਹੀਂ ਹੁੰਦਾ ਯਾਰ, ਉਦਣ ਰੋਇਆ ਮੈਂ ਪੰਜਾਬ ਦੇ ਵਿੱਚ ਜੇਲ੍ਹ 'ਚ, ਮੈਂ ਰੋਇਆ, ਉਹ ਮੈਨੂੰ ਡਰ ਦੇ ਆਂਸੂ ਨਹੀਂ ਸੀਗੇ, ਹੰਝੂ ਨਹੀਂ ਸੀਗੇ, ਉਹ ਮੈਨੂੰ ਜਦੋਂ ਮੈਂ ਆਪਣੀ ਕੌਮ ਅਤੇ ਸਟੇਟ ਸੋਚੀ ਦੇਖਿਆ, ਆਪਣਾ ਘਰ ਬਣਿਆ ਹੋਵੇ ਆਲੀਸ਼ਾਨ, ਮਹਾਰਾਜਾ ਰਣਜੀਤ ਸਿੰਘ ਵਰਗਾ ਗੌਰਵਮਈ ਰਾਜ, ਜਦੋਂ ਉਹ ਡਿੱਗਿਆ ਟੁੱਟਿਆ, ਕਾਇਰਾਂ ਨੇ, ਧੋਖੇਬਾਜ਼ਾਂ ਨੇ ਵਿੱਚ ਬਹਿ ਕੇ ਖੰਜਰ ਮਾਰ ਮਾਰ ਕੇ ਹਰਾਇਆ, ਉਦੋਂ ਰੋਇਆ ਮੈਂ।
ਫਿਰ ਮੈਂ ਪੜਿਆ ਹੋਰ ਕੈਰੈਕਟਰਸ ਪੜੇ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦਾ ਕਿਹਾ ਆ ਜਿਹੜਾ ਪੈਲਸਟਾਈਨ ਦਾ ਫਲਸਤੀਨ ਤੇ ਇਜ਼ਰਾਈਲ ਇਜ਼ਰਾਈਲ ਦਾ ਜਿਹੜਾ ਝਗੜਾ ਪਿਆ ਇਹ ਪੜਿਆ ਚੰਗੀ ਤਰ੍ਹਾਂ ਨਾਲ। ਫਿਰ ਮੈਂ ਇੱਕ ਸਭ ਤੋਂ ਅੱਛਾ ਕੈਰੈਕਟਰ ਪੜਿਆ ਜਿੱਥੋਂ ਮੈਂ ਹੁਣ ਬਦਲਣ ਲੱਗਿਆ ਜ਼ਿੰਦਗੀ ਆਪਣੀ, ਹੁਣ ਜਿੰਨੀ ਵੀ ਮੇਰੀ ਜ਼ਿੰਦਗੀ ਬਕਾਇਆ ਉਹ ਕਿਹੜੇ ਲੇਖੇ ਲਾਉਣੀ ਆ। ਆਹ ਜਿਹੜੀਆਂ ਛੋਟੀਆਂ ਜਿਹੀਆਂ ਕਿ ਮੈਂ ਤੂੰ ਮੈਨੂੰ ਪਰਚਾ ਕੀਤਾ ਮੈਂ ਤੇਰੇ 21 ਦੇ 31 ਬੋਲੂੰਗਾ, ਇਹ ਮੇਰਾ ਏਜੰਡਾ ਹੀ ਨੀਗਾ, ਹੁਣ ਹੈ ਨੀਗਾ ਏਜੰਡਾ। ਹਾਂ ਕੱਲ ਨੂੰ ਵਾਹਿਗੁਰੂ ਸਾਨੂੰ ਰਾਜ ਬਖਸ਼ੂਗਾ, ਮੈਂ ਆਪਣੇ ਲਈ ਇਨਸਾਫ਼ ਨਹੀਂ ਕਰਾਉਣਾ, ਜੋ ਮੇਰੇ ਨਾਲ ਹੋਇਆ ਕਿਸੇ ਹੋਰ ਪੰਜਾਬ ਦੇ ਪੁੱਤ ਦੇ ਨਾਲ ਨਾ ਹੋਵੇ, ਉਹ ਇਨਸਾਫ਼ ਜ਼ਰੂਰ ਇੱਕ ਵਾਰੀ ਕਰਾਉਣਾ ਵਾ, ਬਸ ਇਨਸਾਫ਼ ਹੀ ਕਰਾਉਣਾ ਵਾ। ਇਹਨਾਂ ਨੇ ਤਾਂ ਬੇਇਨਸਾਫ਼ੀ ਕੀਤੀ ਨਾ, ਇਹਨਾਂ ਦਾ ਝੂਠ ਘੜਿਆ, ਮੈਂ ਸੱਚ ਕਰਨਾ ਵਾ ਸੱਚ। ਚਲੋ ਉਸ ਗੱਲ 'ਚ ਵੀ ਮੈਂ ਨਹੀਂ ਜਾਂਦਾ, ਛੱਡ ਦਿੰਦੇ ਉਸ ਗੱਲ ਨੂੰ।